ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਚੈਨਲ IPS ਕਪੂਰ ਦੇ ਉੱਤੇ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਥਾਟ ਬਿਲਾਵਲ ਦੇ ਬਾਰੇ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 12 ਸਵਰਾਂ ਦੇ ਵਿੱਚ 7 ਕਰਮ ਬਾਰ ਸਵਰਾਂ ਦੇ ਸਮੂਹ ਨੂੰ ਥਾਟ ਕਿਹਾ ਜਾਂਦਾ ਹੈ। ਅਤੇ ਅੱਜ ਅਸੀਂ ਇਸੇ ਰਾਗ ਦੇ ਬਾਰੇ ਗੱਲ ਕਰਾਂਗੇ ਕਿ ਇਸ ਥਾਟ ਦੇ ਵਿੱਚ ਕਿਹੜੇ ਕਿਹੜੇ ਸਵਰਾਂ ਦਾ ਪ੍ਰਯੋਗ ਹੁੰਦਾ ਅਤੇ ਇਸ ਥਾਟ ਦੇ ਵਿੱਚੋਂ ਕਿਹੜੇ ਕਿਹੜੇ ਰਾਗ ਨਿਕਲਦੇ ਨੇ। ਠੀਕ ਹੈ ਜੀ, ਚਲੋ ਸ਼ੁਰੂਆਤ ਕਰਦੇ ਹਾਂ ਜੀ। ਪਹਿਲੇ ਸਵਰਾਂ ਦੇ ਬਾਰੇ ਆਪਾਂ ਗੱਲ ਕਰੀਏ, ਸ਼ੁਰੂਆਤ ਕਰਦੇ ਹਾਂ। ਸੋ ਇਹ ਸੀ ਦੋਸਤੋ ਉਹਨਾਂ 7 ਸਵਰਾਂ ਦਾ ਸਮੂਹ। ਸਾਰੀ ਗਾਮਾ ਪਾ ਧਨੀ ਸਾ ਤਾਰ ਸ਼ਬਦ ਦਾ ਸਵਰ ਮਿਲਾ ਕੇ ਸਾ ਨੀ ਦਾ ਪਾ ਮਾ ਗਾ ਰੇ ਸਾ। ਸੋ ਦੋਸਤੋ, ਇਹ ਬਿਲਾਵਲ ਥਾਟ ਦੇ ਵਿੱਚ ਸਵਰ ਲੱਗਦੇ ਨੇ, 7 ਸਵਰ ਸ਼ੁੱਧ ਲੱਗਦੇ ਨੇ। ਜਿਵੇਂ ਕਿ ਪੂਰੇ 12 ਸਵਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ 4 ਕੋਮਲ ਅਤੇ 1 ਤੀਵਰ ਸਵਰ ਵੀ ਲੱਗਦਾ ਹੈ। ਸੋ ਇਸ ਰਾਗ ਦੇ ਵਿੱਚ, ਇਸ ਥਾਟ ਦੇ ਵਿੱਚ ਸਿਰਫ ਸ਼ੁੱਧ ਹੀ ਸਵਰ ਲੱਗਦੇ ਨੇ, ਨਾ ਤੀਵਰ ਲੱਗੇਗਾ ਕੋਈ, ਨਾ ਕੋਮਲ ਸਵਰ ਲੱਗੇਗਾ। ਠੀਕ ਹੈ ਦੋਸਤੋ, ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰਦੇ ਹਾਂ। ਸਾ ਸ਼ੁੱਧ, ਰੇ ਸ਼ੁੱਧ, ਗਾ ਸ਼ੁੱਧ, ਮਾ ਇਸੇ ਪ੍ਰਕਾਰ ਸਾਰੇ ਸਵਰ ਸ਼ੁੱਧ ਹੀ ਲੱਗੇ ਜਾਣਗੇ ਇਸ ਥਾਟ ਦੇ ਵਿੱਚ। ਦੋਸਤੋ, ਇਸ ਥਾਟ ਦੇ ਵਿੱਚੋਂ ਹੁਣ ਗੱਲ ਕਰਦੇ ਹਾਂ ਆਪਾਂ ਵੀ ਬਹੁਤ ਸਾਰੇ ਰਾਗ ਜਿਹੜੇ ਇਸ ਥਾਟ ਦੇ ਵਿੱਚੋਂ ਨਿਕਲਦੇ ਆ। 10 ਥਾਟਾਂ ਦੇ ਵਿੱਚੋਂ ਪਹਿਲਾ ਥਾਟ ਬਿਲਾਵਲ ਥਾਟ, ਹਰੇਕ ਥਾਟ ਦੇ ਵਿੱਚੋਂ ਕੁਝ ਨਾ ਕੁਝ ਰਾਗ ਜ਼ਰੂਰ ਨਿਕਲਦੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਕੁ ਮੈਂ ਦੱਸ ਦਿੰਦਾ ਤੁਹਾਨੂੰ। ਪਹਿਲਾ ਥਾਟ ਜਿਵੇਂ ਕਿ ਬਿਲਾਵਲ ਸ਼ੁੱਧ, ਜਿਸਨੂੰ ਕਿ ਸ਼ੁੱਧ ਬਿਲਾਵਲ ਰਾਗ ਵੀ ਬੋਲਿਆ ਜਾਂਦਾ ਹੈ, ਰਾਗ ਅਲਈਆ ਬਿਲਾਵਲ, ਰਾਗ ਸ਼ੁਲਕ ਬਿਲਾਵਲ, ਰਾਗ ਦੇਵਗਿਰੀ, ਰਾਗ ਯਮਨੀ, ਰਾਗ ਕੁਕੁੰਭ, ਰਾਗ ਨਟ ਬਿਲਾਵਲ, ਰਾਗ ਬਿਹਾਗ, ਰਾਗ ਦੇਸ਼ਕਾਰ, ਰਾਗ ਨਟ, ਰਾਗ ਪਹਾੜੀ, ਰਾਗ ਮਾਂਡ, ਰਾਗ ਦੁਰਗਾ, ਰਾਗ ਸ਼ੰਕਰਾ ਅਤੇ ਇਸੇ ਪ੍ਰਕਾਰ ਹੋਰ ਬਹੁਤ ਸਾਰੇ ਰਾਗ ਜੋ ਇਸ ਥਾਟ ਦੇ ਵਿੱਚੋਂ ਨਿਕਲਦੇ ਨੇ। ਅਤੇ ਦੋਸਤੋ, ਹਰੇਕ ਥਾਟ ਦੇ ਵਿੱਚੋਂ ਇੱਕ ਮਹੱਤਵਪੂਰਨ ਰਾਗ ਜ਼ਰੂਰ ਨਿਕਲਦਾ ਹੈ ਅਤੇ ਉਸ ਰਾਗ ਦੇ ਵਿੱਚੋਂ ਹੀ, ਮਤਲਬ ਕਿ ਉਸ ਰਾਗ ਦੇ ਸਵਰਾਂ ਨੂੰ ਜਦੋਂ ਵੀ ਅਸੀਂ ਕਿਤੇ ਵੀ ਹਾਰਮੋਨੀਅਮ 'ਤੇ ਵਜਾਵਾਂਗੇ ਜਾਂ ਆਪਾਂ ਆਪਣੇ ਗਲੇ ਦੇ ਨਾਲ ਜਾਂ ਆਪਣੀ ਵੋਕਲ ਦੇ ਅਨੁਸਾਰ ਆਪਾਂ ਗਾਵਾਂਗੇ, ਸਾਰੇ ਗਾਵਾ ਪਾ ਦਾ ਨੀ ਸਾ ਸਾ ਨੀ ਦਾ ਪਾ ਮਾ ਗਾ ਰੇ ਸਾ, ਹੈ ਨਾ, ਉਹਦੇ ਵਿੱਚੋਂ ਹੀ ਮਤਲਬ ਕਿ ਅਸੀਂ ਥਾਟ ਦੀ ਪਛਾਣ ਕਰ ਸਕਦੇ ਹਾਂ ਵੀ ਆਪਾਂ ਕੋਈ ਵੀ ਰਾਗ ਫੜ ਲਈਏ ਅਤੇ ਉਸਦੇ ਵਿੱਚੋਂ ਉਸ ਥਾਟ ਦੀ ਪਛਾਣ ਹੋ ਜਾਂਦੀ ਹੈ। ਅਤੇ ਜਿਵੇਂ ਕਿ ਹਰੇਕ ਥਾਟ ਦਾ ਇੱਕ ਮਹੱਤਵਪੂਰਨ ਥਾਟ ਰਾਗ ਵੀ ਹੁੰਦਾ ਹੈ। ਅਤੇ ਜਿਵੇਂ ਕਿ ਹੁਣ ਥਾਟ ਬਿਲਾਵਲ ਦੇ ਵਿੱਚੋਂ ਗੱਲ ਕੀਤੀ ਜਾਵੇ ਤਾਂ ਥਾਟ ਬਿਲਾਵਲ ਦੇ ਵਿੱਚੋਂ ਰਾਗ ਬਿਲਾਵਲ ਨੂੰ ਇਸਦਾ ਮਹੱਤਵਪੂਰਨ ਰਾਗ ਮੰਨਿਆ ਗਿਆ ਹੈ। ਠੀਕ ਹੈ ਨਾ, ਰਾਗ ਬਿਲਾਵਲ ਦੀ
ਬਾਰੇ ਇਸ ਤਰ੍ਹਾਂ ਹੈ। ਰਾਗ ਬਿਲਾਵਲ ਦੇ ਵਿੱਚ ਵੀ ਸਾਰੇ ਇਹੀ ਸੁਰ ਲੱਗਦੇ ਨੇ ਜੋ ਥਾਟ ਬਿਲਾਵਲ ਦੇ ਵਿੱਚ ਲੱਗਦੇ ਨੇ, ਉਸੇ ਤਰ੍ਹਾਂ ਇਹਨੂੰ ਆਪਾਂ ਪਲੇ ਕਰਕੇ ਇਸੇ ਪ੍ਰਕਾਰ ਦੋਸਤੋ ਅਸੀਂ ਇਸ ਥਾਟ ਨੂੰ ਜਾਂ ਇਸ ਰਾਗ ਨੂੰ ਆਪਾਂ ਕਿਸੇ ਵੀ ਸਪਤਕ ਤੋਂ ਆਪਣਾ ਸਕੇਲ ਮੰਨ ਕੇ ਅਸੀਂ ਪਲੇ ਕਰ ਸਕਦੇ ਹਾਂ। ਅਤੇ ਦੋਸਤੋ ਜੇ ਤੁਹਾਨੂੰ ਮੇਰੇ ਇਸ ਲੈਸਨ ਦੇ ਵਿੱਚ ਕੁਝ ਕਮੀ ਲੱਗੀ ਹੋਵੇ ਜਾਂ ਵਧੀਆ ਲੱਗਾ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਆਪਣਾ ਪਿਆਰ ਦਿਓ ਤਾਂ ਜੋ ਮੈਂ ਹੋਰ ਨਵੀਆਂ ਵੀਡੀਓਜ਼ ਬਣਾ ਸਕਾਂ ਅਤੇ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ। ਧੰਨਵਾਦ।